ਮਾਨੀ ਗਰਾਨੀ ਗੱਲ ਪੁੱਛਣੀ ਹੈ, ਬਿਲਕੁਲ ਤੁਸੀਂ ਸਿੱਧੀ ਗੱਲ ਦੱਸਣੀ ਹੈ। ਤੁਸੀਂ ਅੱਜ ਕੱਲ੍ਹ ਡੀਲਰ ਹੈ ਉਹ ਤੇ ਜ਼ਿਮੀਦਾਰ ਦੇ ਮਗਰ ਜਾਂਦੇ ਪਏ ਹੋ ਸਰਵਿਸ ਵਗੈਰਾ ਕਰਨ। ਕਾਫੀ ਬੰਦੇ ਇਹ ਕਹਿ ਰਹੇ ਨੇ ਕਿ ਏਟੀਐਸ ਜਿੰਨੇ ਵੀ ਲਿਆ ਵਾ ਉਹ ਰੋਂਦਾ ਪਿਆ ਵਾ, ਚੱਲਦੇ ਨਹੀਂ ਪਏ, ਜੇ ਮਸਲੇ ਨਿਕਲਦੇ ਪਏ। ਸਹੀ ਗੱਲ ਦੱਸੋ ਦੋਸਤੋ, ਆਪਣਾ ਚੈਨਲ ਪੀ ਕੇ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਦੋਸਤੋ। ਮੌਜੂਦ ਹਾਂ ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ। ਏਟੀਐਸ 290 ਹੈ ਅਤੇ ਕਾਫੀ ਦੋਸਤ ਜਿਹੜੇ ਨੇ ਕਮੈਂਟ ਕਰ ਰਹੇ ਹੁੰਦੇ ਨੇ ਕਿ ਏਟੀਐਸ ਬਾਰੇ ਕੋਈ ਡਿਟੇਲ ਦਿਓ, ਆਇਆ ਕਿ ਏਟੀਐਸ ਕੰਪਨੀ ਆ, ਕੀ ਸਮਝੇ ਪ੍ਰੋਗਰਾਮ ਵੜ ਗਿਆ ਵਾ, ਕੀ ਡਿਟੇਲ ਆ, ਕੋਈ ਮਤਲਬ ਉਹਦੇ ਬਾਅਦ ਵੀਡੀਓ ਨਹੀਂ ਕੋਈ ਬਣਾਉਂਦਾ ਪਿਆ, ਅਤੇ ਉਸ ਹਵਾਲੇ ਤੁਹਾਨੂੰ ਦਿੰਦੇ ਹਾਂ। ਭਾਈ ਰਿਆਜ ਨੇ ਵੀ ਇੱਕ ਔਫਰ ਦਿੱਤੀ ਹੈ, ਤੁਹਾਨੂੰ ਪਤਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਹੈ ਕਿ ਭਾਈ ਰਿਆਜ ਨੇ ਡੀਲਰਸ਼ਿਪ ਲੈ ਲਈ ਹੈ ਏਟੀਐਸ ਦੀ, ਅਤੇ ਭਾਈ ਰਿਆਜ ਨਾਲ ਗੱਲਬਾਤ ਕਰਦੇ ਹਾਂ ਜੀ ਕਿਹੜੀ ਔਫਰ ਦਿੱਤੀ ਹੈ ਨਾ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਭਾਈ ਰਿਆਜ, ਕੀ ਹਾਲ ਹੈ? ਠੀਕ ਠਾਕ ਹੋ? ਅੱਲਾਹ ਪਾਕ ਦਾ ਸ਼ੁਕਰ ਵੀਰ, ਠੀਕ ਦੁਆਵਾਂ। ਅੱਛਾ ਜੀ, ਪਹਿਲਾਂ ਸਾਨੂੰ ਇਹ ਦੱਸੋ ਕੰਪਨੀ ਦੀ ਕੀ ਸੂਰਤ ਹਾਲ ਵਗੈਰਾ, ਜ਼ਿਮੀਦਾਰ ਬੜੇ ਪਰੇਸ਼ਾਨ ਆ ਤੇ ਯਾਰ ਕੋਈ ਅਪਡੇਟ ਨਹੀਂ ਦੇ ਰਹੇ ਕੰਪਨੀ ਵੱਲੋਂ। ਕੀ ਗੱਲ ਹੈ? ਕੰਪਨੀ ਦੀ ਸੂਰਤ ਹਾਲ ਜ਼ਬਰਦਸਤ, ਤੁਸੀਂ ਅੱਜ ਵੀ ਕੰਪਨੀ ਚਲੇ ਜਾਵੋ, ਹਾਂ ਮੇਰੇ ਹਿਸਾਬ ਨਾਲ ਕੋਈ 50 ਟਰੈਕਟਰ ਕੰਪਨੀ ਕੋਲ ਬੁੱਕ ਨੇ। ਅੱਛਾ, ਕੋਈ ਪੀਲੇ ਦਾ, ਕੋਈ ਨੀਲੇ ਦਾ, ਮੈਂ ਪਰਸੋਂ ਗਿਆ ਕੰਪਨੀ, 50-60 ਟਰੈਕਟਰ ਜਿਹੜੇ ਡਿਲੀਵਰ ਹੋਣੇ ਨੇ ਉਹ ਨੇ, ਤੇ ਬਾਕੀ ਬੜਾ ਜ਼ਬਰਦਸਤ ਟਰੈਕਟਰ ਸੀ, ਮੇਰੇ ਹਿਸਾਬ ਨਾਲ ਕੋਈ 10 ਟਰੈਕਟਰ ਵੇਚੇ ਨੇ, ਤੇ ਅੱਜ ਦੇ ਦਿਨ ਤੱਕ ਕੋਈ ਕਲੇਮ ਨਹੀਂ ਆਇਆ ਸੀ। ਹਫ਼ਤੇ 'ਚ 1-2 ਵਾਰੀ ਉਹਨਾਂ ਦੇ ਮਗਰ ਵੀ ਜਾਈਦਾ, ਜਾ ਕੇ ਉਹਨਾਂ ਦੀ ਜਿਹੜੀ ਕੋਈ ਕੰਮ ਸ਼ਾਮ ਮਾੜਾ ਮੋਟਾ ਬਲ ਤੇ ਕੱਢਦਾ ਹੀ ਨਹੀਂ। ਅਸੀਂ ਪਿਛਲੇ ਦਿਨਾਂ 'ਚ ਗਏ ਹਾਂ ਉੱਥੇ, 6-7 ਟਰੈਕਟਰ ਸਰਵਿਸ ਕਰਕੇ ਆਏ ਹਾਂ, ਕੋਈ ਕਲੇਮ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਬਾਕੀ ਟਰੈਕਟਰ ਦੀ ਪੇਂਟ ਕੁਆਲਿਟੀ ਜਿਹੜੀ ਹੈ ਉਹ ਜ਼ਬਰਦਸਤ ਹੈ, ਕੋਈ ਟੈਨਸ਼ਨ ਪਰੇਸ਼ਾਨੀ ਨਹੀਂ। ਬਾਕੀ ਕਿੱਲ ਕਾਬਲਾ ਟਰੈਕਟਰ ਨੂੰ ਚੰਗਾ ਲੱਗਾ ਹੈ, ਫਿਰ ਜ਼ਿਆਦਾ ਗੱਲ ਹੁੰਦੀ ਹੈ ਟਰੈਕਟਰ ਦੀ ਸਪੇਅਰ ਪਾਰਟ ਕਿਹੜਾ ਆਊਟ ਕੰਪਨੀ ਦਾ ਹੋਵੇ। ਸਪੇਅਰ ਪਾਰਟ ਜਦੋਂ ਵੀ ਕਿਸੇ ਰਾਹ ਸੁੱਤਿਆ ਪਏ ਚਾਹੀਦਾ ਹੋਵੇ, ਅਸੀਂ ਜਨਾਬ ਉਹਨੂੰ ਸਵੇਰੇ ਸਾਡੇ ਕੋਲ ਆਵੇ, ਸਾਨੂੰ ਕਾਲ ਕਰੇ, ਅਸੀਂ TCS ਕਰਵਾ ਦਿੰਦੇ, ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਹੈ। ਜ਼ਿਆਦਾ ਮਸਲਾ ਹੁੰਦਾ ਸਪੇਅਰ ਪਾਰਟ ਦਾ ਜ਼ਬਰਦਸਤ। ਬਾਕੀ ਇਹਦਾ ਜਿਹੜਾ ਪੱਖਾ ਲੱਗਾ ਇਹ ਵੀ ਰੈਡੀਲੇਟਰ ਵੀ ਇਹਦਾ ਵੱਡਾ ਹੈ, ਪੱਖਾ ਵੀ ਵੱਡਾ ਹੈ, ਟਰੈਕਟਰ ਗਰਮ ਹੀ ਨਹੀਂ ਹੁੰਦਾ। ਅਤੇ ਔਰ ਮੇਰੇ ਹਿਸਾਬ ਨਾਲ ਲੋਕਾਂ ਕੱਦੂ ਵੀ ਮਾਰੇ ਨੇ, ਪੈਲੀਆਂ ਸੁੱਕੀਆਂ ਵੀ ਵਾਹੀਆਂ ਨੇ, ਕੋਈ ਟੈਨਸ਼ਨ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਫਿਰ ਜਨਾਬ ਉਸ ਤੋਂ ਬਾਅਦ ਮਹੀਨੇ ਦੀ ਔਫਰ ਹੈ, ਅਗਰ ਕੋਈ ਭਰਾ ਏਟੀਐਸ ਟਰੈਕਟਰ ਲੈਂਦਾ ਹੈ ਉਹਨੂੰ ਜਿਹੜੀ ਡਿਲੈਕਸ ਵਰਗੀ ਛੱਤ ਲੱਗੀ ਉਹ ਨਾਲ ਅਸੀਂ ਫ੍ਰੀ ਦਿਆਂ। ਬਿਲਕੁਲ, ਤੁਸੀਂ ਸਿੱਧੀ ਗੱਲ ਦੱਸਣੀ ਹੈ, ਤੁਸੀਂ ਅੱਜ ਕੱਲ੍ਹ ਡੀਲਰ ਹੈ ਉਹ ਤੇ ਜ਼ਿਮੀਦਾਰ ਦੇ ਮਗਰ ਜਾਂਦੇ ਪਏ ਹੋ ਸਰਵਿਸ ਵਗੈਰਾ ਕਰਨ। ਕਾਫੀ ਬੰਦੇ ਇਹ ਕਹਿ ਰਹੇ ਨੇ ਕਿ ਏਟੀਐਸ ਜਿੰਨੇ ਵੀ ਲਿਆ ਵਾ ਉਹ ਰੋਂਦਾ ਪਿਆ ਵਾ, ਚੱਲਦੇ ਨਹੀਂ ਪਏ, ਜੇ ਮਸਲੇ ਨਿਕਲਦੇ ਪਏ। ਸਹੀ ਗੱਲ ਦੱਸ ਭਾਜੀ, ਕੋਈ ਬੰਦਾ ਨਹੀਂ ਰੋਂਦਾ, ਕੋਈ ਗੱਲ ਨਹੀਂ, ਸਾਨੂੰ ਮਾਣ ਕਰਾਉਣ ਵੱਧ ਕਿਹੜੀ ਗੱਲ ਹੈ। ਅਸੀਂ ਆਹ 3-4 ਟਰੈਕਟਰਾਂ ਦੀ ਸਰਵਿਸ ਕਰਕੇ ਆਏ ਹਾਂ, ਬਲਕਿ 5 ਦੀ, ਸਾਰੇ ਬੰਦੇ ਹੀ ਖੁਸ਼ ਸੀ, ਕਿਸੇ ਬੰਦੇ ਨੇ ਆਖਿਆ ਮਾੜਾ ਹੈ ਜਾਂ ਹਿਸਾਬ ਕਿਤਾਬ ਕਿਸਰਾ ਹੈ। ਬਾਕੀ ਵੱਡੇ ਤੋਂ ਵੱਡਾ ਕਲੇਮ ਨਿਕਲਦਾ, ਕੰਪਨੀ ਪੂਰੇ ਸਾਲ ਦਾ ਕਲੇਮ ਹੈ, ਕੰਪਨੀ ਕਲੇਮ ਕਰਕੇ ਦਿੰਦੀ, ਕੋਈ ਬੰਦਾ ਨਹੀਂ ਰੋਂਦਾ, ਹਰ ਬੰਦਾ ਹੀ ਖੁਸ਼ ਹੈ ਵੀ ਏਟੀਐਸ ਟਰੈਕਟਰ ਲਿਆ ਹੈ, ਇਹਦੀ ਟੈਨਸ਼ਨ ਪਰੇਸ਼ਾਨੀ ਨਹੀਂ। ਕਿਉਂਕਿ 1-1.5 ਸਾਲ ਹੋ ਗਿਆ ਇਸ ਕੰਪਨੀ ਨੂੰ ਮਾਰਕੀਟ 'ਚ ਆਇਆ, ਜੇ ਕੋਈ ਭੈੜਾ ਹੋਵੇ ਤਾਂ ਬੰਦਾ ਆਖੇ ਨਾ ਵੀ ਭੈੜਾ, ਮੈਨੂੰ ਕੰਪਨੀ ਨੇ ਸਰਵਿਸ ਨਹੀਂ ਕਰਕੇ। ਕੰਪਨੀ ਨੇ ਬਕਾਇਦਾ 4 ਬੰਦੇ ਛੱਡੇ ਨੇ, ਕਿਸੇ ਨੂੰ ਮਸਲਾ ਮਸੈਲ ਹੋਵੇ ਜਾ ਕੇ ਉਹਦਾ ਹੱਲ ਕਰਕੇ ਆਓ, ਬਾਕੀ ਕੋਈ ਮਸਲਾ ਮਸੈਲ ਨਹੀਂ ਹੈਗਾ, ਐਵੇਂ ਜਿੰਨੇ ਮੂੰਹ ਹੋਣੀਆਂ ਗੱਲਾਂ, ਕੋਈ ਟੈਨਸ਼ਨ ਪਰੇਸ਼ਾਨੀ ਇਹਨੂੰ ਨਹੀਂ ਹੈ। ਬਾਕੀ ਹਰ ਸ਼ੈਨ ਦੀ ਜ਼ਬਰਦਸਤ ਕਿਸਮ ਦੀ ਲੱਗੀ ਹੈ, ਬਾਕੀ ਜਿਹੜੇ ਜਿਹੜੇ ਮਸਲੇ ਸੀ ਕੰਪਨੀ ਨੂੰ ਦੱਸਣ ਡਿਆ ਕੰਪਨੀ ਨੇ ਬਿਹਤਰ ਕਰ ਦਿੱਤੇ ਨੇ। ਬਾਕੀ ਹੁਣ ਮੇਰੇ ਹਿਸਾਬ ਨਾਲ ਕੋਈ ਮਸਲਾ ਨਹੀਂ ਰਹਿ ਗਿਆ, ਹੁਣ ਜ਼ਿਮੀਦਾਰਾਂ ਦੀ ਇੱਕੋ ਹੀ ਰਿਕੁਆਇਰਮੈਂਟ ਰਹਿ ਗਈ ਹੈ, ਇਹ ਨਹੀਂ ਆਪਾਂ ਕੋਈ ਕੰਪਨੀ ਦਾ ਕਰਨ ਡਿਆਂ ਹਿਸਾਬ ਤਾਂ, ਸਿਰਫ ਆ ਜਿਹੜੇ ਬ੍ਰੇਕ ਪੈਡਲ ਅਤੇ ਜਿਹੜੇ ਪੈਡਲ ਨੇ ਨਾ ਉਹ ਜ਼ਰਾ ਸਾਹਮਣੇ ਕਰ ਦਿਓ। ਅਤੇ ਇਹਦੇ ਵਾਸਤੇ ਵੀ ਕੰਪਨੀ ਨੂੰ ਕਈ ਵਾਰੀ ਕਿਹਾ ਹੈ ਔਰ ਕਹਿੰਦੇ ਰਹਾਂਗੇ ਵੀ ਆਹ ਕਰ ਦੇਣਾ, ਕਿਉਂਕਿ ਅੱਜ ਕੱਲ੍ਹ ਮੰਮੀ ਡੈਡੀ ਮਾਹੌਲ ਹੈ, ਬੰਦੇ 265 ਵਾਲਾ ਸਿਸਟਮ ਹੈ, ਇਹਨੂੰ ਉਹ ਇਹਨੇ ਇੱਥੇ ਕਰ ਦੇਣ, ਬ੍ਰੇਕ ਲਾਉਣੀ ਸੌਖੀ, ਸਾਰਾ ਕੰਮ ਚੰਗਾ। ਫਿਰ ਜਨਾਬ ਉਸ ਤੋਂ ਬਾਅਦ ਕੰਪਨੀ ਨੇ ਕਿਹਾ ਥੋੜ੍ਹੀ ਸੀਟ ਅੱਗੇ ਕਰ ਦਿਓ, ਉਹਨੇ ਉਹ ਵੀ ਕਰ ਦਿਓ, ਯਾਨੀ ਕਿ ਜਿਹੜਾ ਜਿਹੜਾ ਕੰਮ ਹੈ ਨਾ ਕਰ ਦਿੰਦੇ ਹਾਂ।
ਫਿਰ ਟਰੈਕਟਰ ਦੇ ਵਿੱਚ ਫਪੇਸਰ ਪਿਆ ਹੈ, ਟਰੈਕਟਰ ਲੰਮਾ ਹੈ, ਘੋਟਦਾ ਘੱਟ ਹੈ, ਜ਼ੋਰ ਚੰਗਾ ਬੰਨ੍ਹ ਕੇ ਲਾਉਂਦਾ। ਬਾਕੀ ਜਿਹੜੀ ਛੱਤ ਹੈ ਉਹ ਅਸੀਂ ਇੱਕ ਮਹੀਨੇ ਵਾਸਤੇ ਸਾਡੀ ਅਸੀਂ ਫ੍ਰੀ ਦਿਆਂ ਦੇ ਨਾਲ, ਜਿਹੜੀ ਡਿਲੈਕਸ ਵਰਗੀ ਛੱਤ ਹੋਵੇ ਜੋ ਨਾਲ ਟਰੈਕਟਰ ਲਵੇ 36,40,000 ਕੰਪਨੀ ਰੇਟ, ਕੰਪਨੀ ਰੇਟ 'ਤੇ ਦਿਆਂ ਦੇ ਉਹ ਜਿਹੜੀ ਛੱਤ ਦੇ ਨਾਲ ਅਸੀਂ ਫ੍ਰੀ ਦਿਆਂ। ਅੱਛਾ ਜੀ ਭਾਈ ਜੀ, ਅੱਜ ਜਿਹੜੇ ਬੰਦਿਆਂ ਕੋਲ ਤੁਸੀਂ ਆਉਂਦੇ ਹੋ ਜ਼ਿਮੀਦਾਰ ਨੂੰ ਮਿਲ ਕੇ ਆਏ ਹੋ, ਕੀ ਰਿਕੁਆਇਰਮੈਂਟ ਉਹਨਾਂ ਦੇ ਮਜ਼ੀਦ ਇਹਦੇ ਵਿੱਚ ਇਹ ਚੀਜ਼ ਇਹਦੇ ਵਿੱਚ, ਹਾਂਜੀ ਕੀ ਰਿਕੁਆਇਰਮੈਂਟ ਕਰਦੇ ਨੇ ਇਹਦੇ ਵਿੱਚ? ਰਿਕੁਆਇਰਮੈਂਟ ਜਿਵੇਂ ਜ਼ਿਮੀਦਾਰ ਨਾਲ ਮਿਲ ਕੇ ਆਏ ਉਹਨੇ ਇਹੋ ਹੀ ਕੀਤੀਆਂ ਨੇ ਵੀ ਇਹਦਾ ਬ੍ਰੇਕ ਪੈਡਲ ਅਤੇ ਕਲੱਚ ਪੈਡਲ ਇੱਥੇ ਸਾਹਮਣੇ ਕਰੋ, ਬਾਕੀ ਟਰੈਕਟਰ ਜ਼ਬਰਦਸਤ ਹੈ, ਬਾਕੀ ਛੇੜਨ ਦੀ ਲੋੜ ਕੋਈ ਨਹੀਂ, ਅਤੇ ਇੱਕ ਜਿਹੜਾ ਮਾਡੀ ਕਾਰਟ ਇਹ ਥੋੜ੍ਹਾ ਜਿਹਾ ਇੱਥੇ ਹੋ ਜਾਵੇ, ਬਾਕੀ ਇਹ ਟਰੈਕਟਰ ਇੰਜਨ ਨੂੰ ਚੱਲਦਾ ਹੈ, ਮਿੱਟੀ ਨਹੀਂ ਪੈਂਦੀ, ਜਦੋਂ ਬੈਕ ਕਰਨਾ ਨਾ ਪੈਰੀ ਦੇ ਵਿੱਚ ਫਿਰ ਮਿੱਟੀ ਉੱਡਦੀ ਫਿਰ ਪਾਇਆ ਜਾਂਦੇ ਪੈਂਦੀ। ਇਹ ਦੋ ਕਲੇਮ ਨੇ, ਬਾਕੀ ਹੋਰ ਕੋਈ ਟਰੈਕਟਰ 'ਚ ਕਲੇਮ ਨਹੀਂ ਹੈਗਾ। ਜ਼ਬਰ ਮਕੈਨੀਕਲ ਵਾਈਜ਼ ਬੜਾ ਟਰੈਕਟਰ ਜ਼ਬਰਦਸਤ ਹੈ, ਫਿਊਲ ਐਵਰੇਜ ਬਹੁਤ ਜ਼ਿਆਦਾ ਘੱਟ ਹੈ, ਬਹੁਤ ਚੰਗਾ ਟਰੈਕਟਰ ਬਣਿਆ। ਅਤੇ ਬਾਕੀ ਅਸੀਂ ਮੇਰੇ ਹਿਸਾਬ ਨਾਲ ਕੋਈ 9 ਤੋਂ 10 ਟਰੈਕਟਰ ਵੇਚ ਚੁੱਕੇ ਹਾਂ, ਕੋਈ ਕਲੇਮ ਨਹੀਂ ਹੈ। ਸਿਰਫ ਇਹ ਹੀ ਹੁਣ ਬੰਦੇ ਆਖਣ ਲੱਗੇ ਨੇ ਜਿਹੜੇ ਪੈਡਲ ਨੇ ਥੋੜ੍ਹੇ ਜਿਹੇ ਅੱਗੇ ਹੋ ਜਾਣ, ਇਹ ਮਗਰਾਟ ਅੱਗੇ ਹੋ ਜਾਣ, ਬਾਕੀ ਕੰਪਨੀ ਨੂੰ ਕਿਹਾ ਹੈ ਇਨਸ਼ਾਅੱਲਾ ਨੈਕਸਟ ਟਾਈਮ ਇਹ ਵੀ ਕੰਮ ਹੋ ਜਾਏਗਾ। ਕਦੋਂ ਤੱਕ ਚੇਂਜ ਕਰ ਦੇਗੀ ਕੰਪਨੀ? ਤੇ ਸਾਲ ਹੀ ਹੋ ਗਿਆ ਇਹ ਜਨਾਬ, ਪੂਰਾ ਸਾਲ ਦੀ ਨਹੀਂ, ਜਲਦੀ ਚੇਂਜ ਹੋ ਜਾਂਦੇ। ਬੜੀਆਂ ਅਗਰ ਜੇ ਕੋਈ ਭਰਾ ਨੂੰ ਚਾਹੀਦਾ ਹੋਵੇ ਹਾਜ਼ਰ, ਤੁਸੀਂ ਹਾਜ਼ਰ ਦੇ ਦੇਣਾ, ਨੀਲਾ ਕਲਰ ਤੇ ਲਾਲ ਦੋ ਟਰੈਕਟਰ ਖੜੇ ਨੇ। ਕੀ ਰੇਟ ਇਹਦਾ ਹੁਣ? 36,40,000 ਕੰਪਨੀ ਰੇਟ ਹੀ, ਆਪਣਾ ਓਨ ਨਹੀਂ ਹੈਗਾ, ਵੱਧ ਨਹੀਂ ਹੈਗਾ, ਉਹ ਰੇਟ ਹੀ ਕੰਪਨੀ 36,40 ਚ। ਹਾਂ 36,00,000 ਲਓ ਜੀ, 36,40 ਦੇ ਵਿੱਚ ਕੰਪਨੀ ਰੇਟ ਤੇ ਤੁਹਾਨੂੰ ਮਿਲ ਜਾਏਗਾ। ਕਿ ਬੰਦੇ ਨੇ ਕੈਸ਼ ਚਾਹੀਦਾ ATS ਤੇ ਬਾਕੀ ਗੱਲਬਾਤ ਜਿਹੜੇ ਵੀ ਬੰਦੇ ਕਹਿ ਰਹੇ ਸੀ ਇਹਦੇ 'ਚ ਮਸਲੇ ਆ ਰਹੇ, ਪ੍ਰੋਗਰਾਮ ਵੜ ਗਿਆ, ਜਿਹਨੇ ਵੀ ਲਿਆ ਵਾ ਆਹ ਤੁਹਾਡੇ ਭਾਈ ਦੇ ਆਜ ਸਿੱਧੀ ਸਾਫ ਹੀ ਗੱਲ ਮੈਂ ਤੁਹਾਨੂੰ ਕਿਹਾ ਸਾਡੇ ਕੈਮਰੇ ਦੇ ਸਾਹਮਣੇ ਕਿ ਜੋ ਹਕੀਕਤ ਹੈ ਜ਼ਿਮੀਦਾਰ ਦੇ ਸਾਹਮਣੇ ਰੱਖ ਦਿਓ। ਜ਼ਬਰਦਸਤ ਕਿਸਮ ਦੇ ਟਰੈਕਟਰ ਚੱਲੇ ਨੇ ਆਮ ਟਰੈਕਟਰਾਂ 'ਚ, ਜਦੋਂ ਫੀਏਟ ਜਾਂ ਦੂਸਰਾ ਤੀਸਰਾ ਜਿਹੜੀ ਵੀ ਕੰਪਨੀ ਹੈ, ਵਾਧਾ ਘਾਟਾ ਹੁੰਦਾ, ਕੋਈ ਵਾਧਾ ਘਾਟਾ ਨਹੀਂ ਹੈ, ਜ਼ਬਰਦਸਤ ਕਿਸਮ ਦਾ ਚੱਲਦਾ। ਲਓ ਜੀ ਦੋਸਤੋ, ਮੈਂ ਵੀ ਤੁਹਾਨੂੰ ਮਜ਼ੀਦ ਦੱਸ ਦੇਵਾਂ ਇਹ ਮਸਲਾ ਵਗੈਰਾ ਕਦਾ ਨਿਕਲਣਾ, ਕੋਈ ਮਸਲਾ ਨਹੀਂ। ਜਿਹੜੇ ਇਹਦੇ ਵਿੱਚ ਪਾਰਟਸ ਪੈ ਰਹੇ ਨੇ ਆਪਣੀ ਜਿਹੜੀ ਮਕਾਮੀ ਕੰਪਨੀ ਉਹਦੇ 'ਚ ਵੀ ਉਹੀ ਪੈ ਰਹੇ ਨੇ, ਜਿਹੜਾ ਇੰਜਨ ਹੈ ਉਹ ਹੀ ਉਹਦੇ ਵਿੱਚ ਹੈ। ਮਸਲਾ ਕੀ ਹੈ? ਸਿਰਫ ਆ ਸ਼ੋਅ ਹੈ ਜਾਂ ਆਹ ਜਿਹੜੇ ਪੈਡਲਾਂ ਦਾ ਵਾ, ਇਹ ਥੋੜ੍ਹਾ ਜਿਹਾ ਜੇ ਉਹਦੇ ਵਰਗੀ ਹੋ ਜਾਵੇ ਤੇ ਫਿਰ ਮੈਸੀ ਤੇ ਇਹਦੇ ਫਰਕ ਕੋਈ ਨਹੀਂ ਰਹਿ ਜਾਂਦਾ, ਇਹਨਾਂ ਦੇ ਆਪਣਾ ਡਿਜ਼ਾਈਨ ਹੈ, ਆਪਣੀ ਸ਼ੇਪ। ਹਾਂਜੀ ਹਾਂਜੀ, ਬਾਕੀ ਜਿਹੜੇ ਦੋ ਕਲੇਮ ਨੇ ਅਸੀਂ ਵੀਡੀਓ 'ਤੇ ਵੀ ਆਉਂਦੇ, ਕੰਪਨੀ ਨੂੰ ਵੀ ਕਹਿ ਰਹੇ ਮਸਲਾ ਹੱਲ ਹੋ ਜਾਂਦਾ, ਇੱਕ ਪੈਡਲ ਅਤੇ ਇੱਕ ਹੈ ਮਾਡੀ ਗਾਰਡ, ਕਿਉਂਕਿ ਇਹਦਾ ਕਲੇਮ ਹੀ ਹੋਰ ਕੋਈ ਕਲੇਮ ਨਹੀਂ ਟਰੈਕਟਰ 'ਚ ਹੈਗਾ, ਕਿਸੇ ਮਕੈਨੀਕਲ ਕੋਈ ਕਲੇਮ ਨਹੀਂ ਆਇਆ ਟਰੈਕਟਰ ਦੇ ਵਿੱਚ, ਜ਼ਬਰਦਸਤ ਕਿਸਮ ਚੱਲਦਾ, ਫਿਊਲ ਐਵਰੇਜ ਜ਼ਬਰਦਸਤ। ਲਓ ਜੀ ਦੋਸਤੋ, ਇਹ ਭਾਈ ਦੇ ਆਧਾਰ ਰਾਬਤਾ ਨੰਬਰ ਆ, ਕਿਸੇ ਨੂੰ ਅਗਰ ਚਾਹੀਦਾ ਟਰੈਕਟਰ ਨੰਬਰ ਤੇ ਰਾਬਤਾ ਕਰ ਸਕਦਾ। 36,40,000 ਰੁਪਏ ਰੇਟ? ਹਾਂਜੀ 36,40,000। 36,40 ਦੇ ਵਿੱਚ 0300 ਪੂਰਾ 786-81-92 ਐਮ ਰਿਆਲ ਤਦਰੀ ਲਾਤ 8 ਕਿਲੋਮੀਟਰ ਬਿਲ ਮੁਕਾਬਲ ਮਿਲਦਾ ਟਰੈਕਟਰ ਲਿਮਿਟਡ ਸ਼ੇਗੂਪੁਰਾ ਰੋਡ ਲਾਓ। ਲਓ ਦੋਸਤੋ, ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰ ਦਿਓ, ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ।